ਹੁਣ ਜੇ ਬੱਚੇ ਮੇਰੇ ਤਿੰਨ ਸੀਗੇ, ਇੰਨੀ ਤਾਕਤ ਨਹੀਂ ਹੁੰਦੀ ਸੀਗੀ ਕਿ ਦੁੱਧ ਪੀ ਸਕੋ। ਮਤਲਬ ਇੱਦਾਂ ਜੋ ਦੁੱਧ ਚੁੰਘਣਾ ਹੁੰਦਾ ਹੈ ਮਾਂ ਦਾ, ਉਹਦੀ ਤਾਕਤ ਨਹੀਂ ਸੀਗੀ ਬੱਚਿਆਂ ਵਿੱਚ। ਅਤੇ ਉਹ ਕੱਢ ਕੇ ਚਮਚ ਵਿੱਚ ਆਪਣਾ ਦੁੱਧ ਉਹ ਚਮਚ ਨਾਲ ਉਹਨਾਂ ਦੇ ਮੂੰਹ 'ਚ ਪਾਉਂਦੇ ਸੀਗੇ। 13-14 ਸਾਲ ਦੀ ਉਮਰ ਤੱਕ ਸਾਨੂੰ ਇੱਦਾਂ ਲੱਗਦਾ ਹੁੰਦਾ ਸੀਗਾ ਕਿ ਇਹ ਕੱਲ੍ਹ ਨੂੰ ਬਚਣਗੇ ਕਿ ਨਹੀਂ ਬਚਣਗੇ। ਇੰਨੀ ਤਾਕਤ ਨਹੀਂ ਹੁੰਦੀ ਸੀਗੀ ਕਿ ਉਹ ਇੱਦਾਂ ਲੱਗੇ ਰਹੇ, ਇੱਦਾਂ ਹੀ ਗਿਰ ਜਾਣ। ਘਰ ਵਿੱਚ ਤੁੜਕਾ ਲਾਉਣ ਵਾਸਤੇ ਘਿਓ ਨਹੀਂ ਹੈ, ਥੋੜ੍ਹੀ ਥੋੜ੍ਹੀ ਦਾਲ ਲਿਆਉਂਦੀ ਸੀਗੀ ਵਾਈਫ ਪਾਈਆ ਲਿਆਏ। ਉਹ ਮਤਲਬ ਦੁੱਧ ਵਾਲੇ ਨੂੰ ਕਹਿ ਦੇਣਾ ਵਾਈਫ ਨੇ ਵੀ ਉਹ ਗਏ ਹੋਏ ਆ ਜੀ ਬਾਹਰ, ਆਉਣਗੇ ਤਾਂ ਮਿਲ ਜਾਣਗੇ, ਕੋਈ ਨਹੀਂ ਪੈਸੇ ਹੋ ਜਾਣਗੇ। ਇਹ ਉਹ ਰੱਬ ਵੱਲੋਂ ਹੀ ਕੋਈ ਮੇਰਾ ਦੋਸਤ ਜਾਂ ਕੋਈ ਆਇਆ ਬੰਦਾ ਸ਼ਗਨ ਦਿੱਤੇ 50-50 ਰੁਪਏ, ਉਹਦੇ ਨਾਲ ਫਿਰ ਨਿਕਲ ਗਿਆ ਟਾਈਮ। ਵਾਸ਼ਰੂਮ ਕਿੱਥੇ ਜਾਵਾਂਗੇ, ਚਲੋ ਵੀ ਉਹ ਗੰਨੇ ਜੇ ਖੜ੍ਹੇ ਆ ਉੱਧਰ ਨੂੰ ਚਲੇ ਜਾਓ। ਜਾਣ ਲੱਗਣਾ ਪਿੱਛੇ ਬੱਚੇ ਆ ਰਹੇ, ਜੋ ਹੀਰੋ ਨੇ ਗਾਲਾਂ ਕੱਢੀਆਂ ਕੁੱਤੇ ਕਿਹਾ ਜਾਂ ਕਮੀਨੇ ਕਿਹਾ, ਉੱਦਾਂ ਹੀ ਉਹ ਬੋਲਦੇ ਆ ਰਹੇ ਪਿੱਛੇ, ਕੁੱਤੇ ਉਹ ਕਿੱਥੇ ਚੱਲਿਆ, ਕੁੱਤੇ ਇੱਥੇ ਕਮੀਨੇ। ਇੱਦਾਂ ਫੋਨ ਆਉਂਦਾ ਸੀਗਾ, ਸ਼ਰਮਾ ਜੀ ਇੱਕ ਬੜਾ ਵਧੀਆ ਰੋਲ ਹੈ, ਤੁਹਾਡੇ ਕੋਲ ਕਾਲਾ ਚਾਦਰਾ ਕੁੜਤਾ ਹੈ? ਜੇ ਮੈਂ ਕਹਿਤਾ ਨਹੀਂ ਹੈ ਤਾਂ ਰੋਲ ਨਹੀਂ ਮਿਲਦਾ ਸੀ। ਤਾਂ ਕੋਈ ਖੜਾ ਸੀਗਾ, ਉਹਨੂੰ ਕਿਹਾ ਕਿ ਯਾਰ ਜੁੱਤੀ ਦੇਈ, ਉਹਨੇ ਜੁੱਤੀ ਦੇ ਦਿੱਤੀ, ਮੈਂ ਜੁੱਤੀ ਪਾਈ, ਮੈਂ ਬੋਲਿਆ ਡਾਇਲੋਗ, ਨਿਕਲ ਬਾਹਰ ਵੱਡਿਆ ਬਦਮਾਸ਼ਾ। ਉਹਨੇ ਡਾਇਰੈਕਟਰ ਨੇ ਕਿਹਾ ਯਾਰ ਥੋੜ੍ਹਾ ਲਾਊਡ ਕਰੋ। ਮੈਂ ਸ਼ੌਕ ਕਰਦਾ, ਆਓ ਨਿਕਲ ਵੱਡਿਆ ਬਦਮਾਸ਼ਾ। ਉਹਨੇ ਕਿਹਾ ਨਹੀਂ ਯਾਰ, ਇਹ ਉਹ 4-5 ਵਾਰੀ ਕੱਟ ਕੁੱਟ ਹੋਇਆ ਅਤੇ ਉਹ ਜਿਹਦੀ ਜੁੱਤੀ ਸੀਗੀ ਉਹ ਤੰਗ ਆ ਗਿਆ ਬੰਦਾ। ਉਹ ਕਹਿੰਦਾ ਵੀ ਦੇ ਵੀਰ ਮੇਰੀ ਜੁੱਤੀ ਦੇ ਦੇ, ਦੋ ਲਾਈਨਾਂ ਬੋਲਣੀਆਂ ਤੈਨੂੰ ਯਾਦ ਹੀ ਨਹੀਂ ਹੋ ਰਹੀਆਂ। ਮੈਂ ਕਿਹਾ ਯਾਰ ਕਰਨ ਦੇ। ਕਹਿੰਦਾ ਯਾਰ ਤੁਹਾਡਾ ਤਾਂ ਮੁੱਕਣਾ ਹੀ ਨਹੀਂ ਹੈ ਕੋਈ ਤਕਾਨਾ। ਤਾਂ ਵਿਲਨ ਨੰਗੇ ਪੈਰੀ ਖੜਿਆ ਹੋ ਕੇ ਉੱਥੇ ਬਾਜਾ ਮਾਰ ਰਿਹਾ ਹੀਰੋ ਦੇ ਘਰ ਅੱਗੇ। ਇਹ ਜਿਹੇ ਹਾਲਾਤ ਸੀਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ BN ਸ਼ਰਮਾ, ਅਤੇ ਫਾਈਵ ਵੁੱਡ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਸੇ ਤਾਂ ਲੋਕਾਂ ਨੂੰ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਮੈਂ ਦਿੱਲੀ, ਮੇਰੇ ਪੇਰੈਂਟਸ ਰਹਿੰਦੇ ਸੀਗੇ, ਮੇਰੇ ਫਾਦਰ ਡਾਇਰੈਕਟਰ ਜਨਰਲ ਸਪਲਾਈ ਐਂਡ ਡਿਸਪੋਜ਼ਲ ਦੇ ਵਿੱਚ ਜੋਬ ਕਰਦੇ ਸੀਗੇ। ਅਤੇ ਬਚਪਨ ਮਤਲਬ ਉਹ ਸਰਕਾਰੀ ਜੋਬ ਵਿੱਚ ਸੀਗੇ, ਕੋਈ ਜ਼ਿਆਦਾ ਬਹੁਤ ਖੁਸ਼ਹਾਲੀ ਨਹੀਂ ਸੀਗੀ। ਔਰ ਜਿੱਦਾਂ ਕਿ ਮੇਰਾ ਨਾਂ ਤੋਂ ਤੁਹਾਨੂੰ ਪਤਾ ਹੈ ਕਿ ਮੈਂ ਇੱਕ ਬ੍ਰਾਹਮਣ ਫੈਮਿਲੀ ਨੂੰ ਬਿਲੋਂਗ ਕਰਦਾ, ਅਤੇ ਫਾਦਰ ਬੜੇ ਰਿਜਿਡ ਬ੍ਰਾਹਮਣ ਸੀਗੇ, ਪੂਜਾ ਪਾਠ ਵੀ ਕਰਨਾ, ਨਿਤਨੇਮ ਜਿੱਦਾਂ ਹੁੰਦਾ ਹੀ ਹੈ ਸਵੇਰੇ ਸ਼ਾਮ। ਇਹ ਫਿਲਮਾਂ ਜਾਂ ਗਾਣੇ ਸੁਣਨੇ, ਦੇਖਣੀਆਂ ਫਿਲਮਾਂ, ਇਹ ਚੀਜ਼ਾਂ ਤੋਂ ਬਹੁਤ ਗੁਰੇਜ਼ ਕਰਦੇ ਸੀਗੇ, ਬਹੁਤ ਬੁਰਾ ਸਮਝਦੇ ਸੀਗੇ ਇਸ ਕਿੱਤੇ ਨੂੰ। ਕੁਛ ਇੱਦਾਂ ਦਾ ਹਾਦਸਾ ਹੋਇਆ ਕਿ ਮੈਂ 4th ਜਮਾਤ 'ਚ ਪੜ੍ਹਦਾ ਸੀਗਾ, ਉੱਥੇ ਲੋਧੀ ਰੋਡ ਇੱਕ ਦਿੱਲੀ ਦੇ ਵਿੱਚ ਥਾਂ ਹੈ, ਉੱਥੇ 4th ਕਲਾਸ ਵਿੱਚ ਪੜ੍ਹਦੇ ਹੋਏ ਇੱਕ ਨਾਟਕ ਕੀਤਾ ਸਾਡੀ ਕਲਾਸ ਨੇ, ਅਤੇ ਉਹਦਾ ਨਾਂ ਸੀਗਾ ਲਵ ਕੁਸ਼। ਪਰ ਉਹਦੇ ਵਿੱਚ ਮੈਨੂੰ ਇੱਕ ਪਿੱਤਲ ਦਾ ਗਲਾਸ ਮਿਲਿਆ ਇਨਾਮ ਦੇ ਵਿੱਚ।
ਬੜਾ ਖੂਬਸੂਰਤ ਜਿਹਾ ਗਲਾਸ, ਉਹਦੇ 'ਤੇ ਬਾਹਰਲੇ ਪਾਸੇ ਬੂਟੀਆਂ ਬਣੀਆਂ, ਫੁੱਲ ਇਸ ਤਰ੍ਹਾਂ ਹਰੇ ਲਾਲ ਪੀਲੇ ਜਿਹੇ ਇੱਦਾਂ ਦੇ ਬਣੇ ਹੋਏ ਸੀਗੇ। ਅਤੇ ਮੈਂ ਉਹ ਆਪਣੇ ਘਰ ਆ ਕੇ ਆਪਣੀ ਮਦਰ ਨੂੰ ਦਿਖਾਇਆ, ਉਹਨਾਂ ਨੇ ਜਿੱਦਾਂ ਭਗਵਾਨ ਦੀ ਫੋਟੋ ਦੇ ਅੱਗੇ ਜਿੱਥੇ ਪੂਜਾ ਕਰਦੇ ਸੀਗੇ ਉੱਥੇ ਉਹ ਗਲਾਸ ਰੱਖ ਦਿੱਤਾ। ਬੜੀ ਖੁਸ਼ ਹੋਈ ਮਾਂ, ਅਤੇ ਉਹਨੇ ਫਿਰ ਉਦੋਂ ਬਾਅਦ ਉਹਨੂੰ ਸਾਂਭ ਕੇ ਆਪਣੇ ਸੰਦੂਕ 'ਚ ਰੱਖ ਲਿਆ। ਪਰ ਮੇਰੇ ਫਾਦਰ ਨੂੰ ਇਸ ਗੱਲ ਦੀ ਕੋਈ ਜ਼ਿਆਦਾ ਖੁਸ਼ੀ ਨਹੀਂ ਹੋਈ। ਅਤੇ ਮੇਰੇ ਫਾਦਰ ਔਰ ਮਦਰ ਇੱਦਾਂ ਵੀ ਦੱਸਦੇ ਸੀਗੇ ਕਿ ਛੋਟੇ ਹੁੰਦੇ ਜਦੋਂ ਕੋਈ ਗੁਬਾਰੇ ਵੇਚਣ ਵਾਲਾ ਬੰਦਾ ਭਾਈ ਆਉਂਦਾ ਸੀਗਾ, ਅਤੇ ਮੈਂ ਜਿੱਦ ਕਰਦਾ ਸੀਗਾ ਵੀ ਬਾਂਸਰੀ ਖਰੀਦਣੀ ਹੈ, ਅਤੇ ਬਾਂਸਰੀ ਵਜਾਉਂਦਾ ਰਹਿੰਦਾ ਸੀਗਾ ਆਪਣੇ ਵੱਲੋਂ, ਗਾਣੇ ਕੱਢਦਾ ਹੋਵਾਂਗਾ ਮੈਂ ਉਹਦੇ ਵਿੱਚ। ਅਤੇ ਮੈਨੂੰ ਉਹਦੇ ਪਿੱਛੇ ਕਈ ਵਾਰੀ ਫਾਦਰ ਨੇ ਕੁੱਟਿਆ ਵੀ ਉਹੀ ਕੂਕਾ ਮਾਰਤਾ, ਹਰ ਵੇਲੇ ਕੂੰ 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 ਇੱਦਾਂ ਕਰਦਾ ਰਹਿੰਦਾ। ਪਰ ਇਹ ਨਹੀਂ ਪਤਾ ਸੀਗਾ ਕਿ ਇਹ ਚੀਜ਼ਾਂ ਅੰਦਰੋਂ ਹੀ ਨਿਕਲਦੀਆਂ ਸੀਗੀਆਂ। ਫਿਰ ਮੇਰੇ ਫਾਦਰ ਨੂੰ ਦੇ ਦਿਮਾਗ 'ਚ ਸੀਗਾ ਕਿ ਮੈਂ ਇੰਜੀਨੀਅਰ ਬਣਾਂ, ਅਤੇ ਮੈਨੂੰ ਮਤਲਬ ਸਾਇੰਸ ਗਰੁੱਪ ਦੇ ਵਿੱਚ ਉਹਨਾਂ ਨੇ ਉਹ ਸਬਜੈਕਟ ਦਵਾਤੇ, ਫਿਜ਼ਿਕਸ, ਕੈਮਿਸਟਰੀ, ਹਾਇਰ ਮੈਥ, ਜੋਮੈਟ੍ਰੀਕਲ, ਮਕੈਨੀਕਲ ਡਰਾਇੰਗ, ਇਹ ਜਿਹੇ ਮੇਰੇ ਸਬਜੈਕਟ ਸੀਗੇ। ਇੰਗਲਿਸ਼ ਮੀਡੀਅਮ ਸੀਗਾ ਮੇਰਾ। ਅਤੇ ਉੱਥੇ ਅੱਠਵੀਂ ਦੇ ਵਿੱਚ ਪਲੇ ਇੱਕ ਕੀਤਾ, ਹਾਜੀ ਪੀਰ ਕੀ ਮਜ਼ਾਰ, ਹਿੰਦੀ ਉਰਦੂ ਪਲੇ, ਹਿੰਦੁਸਤਾਨੀ ਪਲੇ ਸੀਗਾ ਉਹ। ਸੀਗਾ ਸਾਰੇ ਦਿੱਲੀ ਦੇ ਸਕੂਲਾਂ ਦਾ ਕੰਪੀਟੀਸ਼ਨ ਸੀਗਾ, ਉਹਦੇ ਵਿੱਚ ਮੈਨੂੰ ਗੋਲਡ ਮੈਡਲ ਮਿਲ ਗਿਆ। ਅਤੇ ਮੇਰੇ ਨਾਲ ਦੇ ਜੋ ਪਾਰਟੀਸਪੈਂਟਸ ਸੀਗੇ ਉਸ ਪਲੇ ਦੇ ਵਿੱਚ, ਉਹ ਬੜੇ ਮਤਲਬ ਪਾਰਟੀਆਂ ਦੋ ਜੀ, ਇਹ ਕਰੋ ਵੋ ਕਰੋ। ਪਰ ਜਦੋਂ ਮੈਂ ਘਰ ਪੁੱਜਿਆ ਮੈਂ ਲੇਟ ਹੋ ਗਿਆ ਥੋੜ੍ਹਾ, ਸੋਚੋ ਕਿ 9-10 ਵੱਜ ਗਏ ਹੋਣੇ ਰਾਤ ਦੇ, ਅਤੇ ਮੇਰੇ ਫਾਦਰ ਮੇਰੀ ਵੇਟ ਕਰ ਰਹੇ ਸੀਗੇ। ਅਤੇ ਮੈਂ ਆ ਕੇ ਜਦੋਂ ਉਹਨਾਂ ਨੂੰ ਦਿਖਾਇਆ ਕਿ ਇਹ ਮਿਲਿਆ ਜੀ ਮੈਨੂੰ ਇਨਾਮ, ਤਾਂ ਉਹਨਾਂ ਨੇ ਮਤਲਬ ਗਾਲ ਜੀ ਕੱਢ ਕੇ ਮੈਨੂੰ ਕਿਹਾ ਕਿ ਕਦੇ ਪੜ੍ਹਾਈ 'ਚ ਵੀ ਮਿਲਿਆ, ਪੜ੍ਹਾਈ 'ਚ ਮਸੀਂ 100-34 ਨੰਬਰ, 35 ਨੰਬਰ ਆਉਂਦੇ ਆ, ਵੀ ਇਹ ਕਿਹੜੇ ਕੰਮਾਂ 'ਚ ਪੈ ਗਿਆ। ਮੇਰੀ ਮਦਰ ਨੂੰ ਵੀ ਗੁੱਸੇ ਹੋਏ ਕਿ ਵੀ ਇਹਨੂੰ ਕਿਉਂ ਅਲਾਓ ਕਰਦੇ ਹੋ ਇਹੋ ਜਿਹੇ ਕੰਮਾਂ ਨੂੰ। ਅਤੇ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਕਿਉਂ ਹੁੰਦਾ ਹੈ ਮੇਰੇ ਤੋਂ। ਜਦੋਂ ਵੀ ਮਤਲਬ ਵੈਸੇ ਤਾਂ ਮੈਂ ਕ੍ਰਿਕਟ ਵੀ ਖੇਡਦਾ ਸੀਗਾ, ਫੁੱਟਬਾਲ ਵੀ ਖੇਡਦਾ ਸੀਗਾ, ਹਾਕੀ ਨੂੰ ਵੀ, ਦੌੜਨ ਵਾਸਤੇ ਵੀ, ਫਿਰ ਕੁਸ਼ਤੀਆਂ ਲੜਨ ਦਾ ਸ਼ੌਕ ਪੈ ਗਿਆ ਮੈਨੂੰ। ਮਤਲਬ ਇਹ ਭਟਕਣ ਸੀਗੀ ਸ਼ਾਇਦ ਦਿਲ ਦੇ ਵਿੱਚ। ਮੇਰੇ ਫਾਦਰ ਇਨ ਸਾਰੀ ਚੀਜ਼ਾਂ ਤੋਂ ਨਹੀਂ ਚਾਹੁੰਦੇ ਸੀਗੇ, ਉਹ ਚਾਹੁੰਦੇ ਸੀਗੇ ਵੀ ਪੜ੍ਹਾਈ 'ਚ ਖਿਆਲ ਰੱਖਾਂ ਮੈਂ। ਪਾਸ ਤਾਂ ਹੋ ਜਾਂਦਾ ਸੀਗਾ, ਪਰ ਉਹਨਾਂ ਉਸ ਪਾਸ ਹੋਣ ਤੋਂ, ਗ੍ਰੇਸ ਮਾਰਕਸ ਦੇ ਪਾਸ ਹੋਣ ਤੋਂ ਖੁਸ਼ ਨਹੀਂ ਸੀਗੇ। ਫਿਰ ਹਾਇਰ ਸੈਕੰਡਰੀ ਤੋਂ ਬਾਅਦ ਫਿਰ BSc 'ਚ ਐਡਮਿਸ਼ਨ ਵਗੈਰਾ ਤਾਂ ਹਲੇ ਲਈ ਸੀਗੀ, ਛੁੱਟੀਆਂ ਜਿਹੀਆਂ ਚੱਲ ਰਹੀਆਂ ਸੀਗੀਆਂ। ਕੁਛ ਗੱਲ ਹੋਈ, ਮੇਰੇ ਫਾਦਰ ਨੇ ਕੁਛ ਮੈਨੂੰ ਕਿਹਾ ਜਾਂ ਮਾਰਿਆ, ਮੈਂ ਜੇ ਘਰ ਛੱਡਤਾ। ਦਿੱਲੀ ਤੋਂ ਮੈਂ ਇੱਥੇ ਆ ਗਿਆ ਚੰਡੀਗੜ੍ਹ। ਇੱਥੇ ਮੇਰੇ ਮਾਮਾ ਜੀ CSIO ਚੀਫ ਟੈਕਨੀਕਲ ਐਡਵਾਈਜ਼ਰ ਦੇ PA ਸੀਗੇ, MLਚੰਦਨ ਉਹਨਾਂ ਦਾ ਨਾਮ। ਮਾਮਾ ਜੀ ਕੋਲ ਆ ਕੇ ਮੈਂ ਕਹਿ ਦਿੱਤਾ ਜੀ ਮੈਂ ਹੁਣ ਮੁੜ ਕੇ ਨਹੀਂ ਜਾਣਾ, ਅਤੇ ਇੱਥੇ ਹੀ ਰਹਾਂਗਾ, ਮੈਂ ਘਰ ਨਹੀਂ ਜਾਣਾ, ਇੱਦਾਂ ਵੀ ਮੈਨੂੰ ਕੋਈ ਜੌਬ ਵਗੈਰਾ। ਚਲੋ ਉਹ ਫਾਦਰ ਨੂੰ ਉਹਨਾਂ ਨੇ ਘਰਦਿਆਂ ਨੂੰ ਦੱਸਤਾ, ਪਰੇਸ਼ਾਨ ਤਾਂ ਹੋਏ ਹੋਣੇ ਹੈ। 2-4-6 ਮਹੀਨੇ ਬਾਅਦ
ਕੋਈ ਪੁਲਿਸ ਦੇ ਵਿੱਚ ਭਰਤੀ ਨਿਕਲੀ ਵਾਇਰਲੈਸ ਓਪਰੇਟਰ ਦੀ। ਔਰ ਮੇਰੇ ਮਾਮਾ ਜੀ ਦਾ ਇੱਕ ਵਾਕਫ ਸੀਗਾ DSP, ਉਹਨਾਂ ਨੂੰ ਉਹਨਾਂ ਨੇ ਅਪਰੋਚ ਕੀਤੀ, ਕਿਹਾ ਕਿ ਇੱਦਾਂ ਮੇਰਾ ਭਾਣਜਾ ਹੈ ਜੀ, ਮੈਂ ਚਾਹੁੰਦਾ ਹੈ ਕਿ ਇਹਨੂੰ ਤੁਸੀਂ ਭਰਤੀ ਕਰ ਲਓ। ਉਹਨਾਂ ਨੇ ਕਿਹਾ ਟੈਸਟ ਹੋ ਰਹੇ ਹੈ ਅਤੇ ਤੁਸੀਂ ਟੈਸਟ ਕਰਿਓ ਅਤੇ ਦੱਸਿਓ, ਜੋ ਉਹਨਾਂ ਦੇ ਟੈਸਟ ਵਗੈਰਾ ਸੀਗੇ ਉਹ ਕੁਆਲੀਫਾਈ ਕਰ ਲਏ ਅਤੇ ਪੁਲਿਸ ਦੇ ਵਿੱਚ ਮੇਰੀ ਭਰਤੀ ਹੋ ਗਈ। ਉਹਨਾਂ ਨੇ ਭਰਤੀ ਹੁੰਦੇ ਹੀ ਬਾਲ ਬੂਲ ਕੱਟੇ ਜੀ ਮੇਰੇ, ਉਹ ਮੈਂ ਬਾਲ ਰੱਖਦਾ ਸੀਗਾ ਸ਼ੁਰੂ 'ਚ ਹੀ, ਅਤੇ ਕੱਪੜੇ ਕੁਪੜੇ ਉਹੀ ਪਵਾ ਤੇ, ਖਾਕੀ ਨਿੱਕਰ ਔਰ ਖਾਕੀ ਕਮੀਜ਼, ਜਿੱਦਾਂ ਪੁਲਿਸ ਦੀ ਉਹਦੇ ਨਾਲ ਡਰੈਸ ਸੀਗੀ ਅਤੇ ਟ੍ਰੇਨਿੰਗ ਜੇ ਵੋ। ਮੈਂ ਸੈਟਿਸਫਾਈ ਹੋ ਗਿਆ ਕਿ ਠੀਕ ਹੈ ਜੀ, ਜੋਬ ਮਿਲ ਗਈ। 2-3 ਸਾਲਾਂ ਬਾਅਦ ਇੱਕ ਮੇਰਾ ਦੋਸਤ ਸੀਗਾ, ਉਹਨੇ ਮੈਨੂੰ ਕਿਹਾ ਕਿ ਯਾਰ ਤੂੰ ਇੰਨਾ ਪੜ੍ਹਨ ਵਿੱਚ ਠੀਕ ਹੈ ਅਤੇ ਅੱਗੇ ਫਰਦਰ ਗ੍ਰੈਜੂਏਸ਼ਨ ਵਗੈਰਾ ਕਰ। ਅਤੇ ਮੈਂ ਕਿਹਾ ਕਿ ਕਿਸ ਤਰ੍ਹਾਂ? ਉਹ ਕਹਿੰਦਾ ਕਿ ਤੂੰ ਅਫਸਰਾਂ ਕੋਲ ਪੇਸ਼ ਹੋ ਕੇ ਕਹਿ ਕਿ ਮੈਂ ਪੜ੍ਹਨਾ ਚਾਹੁੰਦਾ ਅਤੇ ਤੇਰੀ ਵਰਦੀ ਵਗੈਰਾ ਮਾਫ ਹੋ ਜਾਏਗੀ ਔਰ ਤੈਨੂੰ ਪਰਮਿਸ਼ਨ ਮਿਲ ਜਾਏਗੀ। ਮੇਰੇ DIG ਸਾਹਿਬ ਸੀਗੇ JS ਬਾਬਾ, ਮੈਂ ਉਹਨਾਂ ਕੋਲ ਪੇਸ਼ ਹੋਇਆ ਅਤੇ ਮੈਂ ਕਿਹਾ ਕਿ ਸਰ ਵੀ ਮੈਂ ਪੜ੍ਹਨਾ ਚਾਹੁੰਦਾ ਹੈ ਅਤੇ ਇੱਦਾਂ ਮੈਂ BSc ਕਰ ਰਿਹਾ ਸੀਗਾ। ਅਤੇ ਉਹਨਾਂ ਨੇ ਪਰਮਿਟ ਕਰ ਦਿੱਤਾ, ਕਹਿੰਦੇ ਉਹਨਾਂ ਨੇ ਜੀ CID 'ਚ ਮੇਰੀ ਬਦਲੀ ਕਰ ਦਿੱਤੀ ਅਤੇ ਮੇਰੀ ਡਰੈਸ ਵਗੈਰਾ ਸਾਰੀ ਮਾਫ ਹੋ ਗਈ। ਉਹ ਪਤਾ ਨਹੀਂ ਅੱਛਾ ਸਮੇਂ ਸੀਗਾ ਜਾਂ ਮਾੜਾ ਮੇਰਾ ਕੰਮ ਸੀਗਾ ਕਿ ਮੈਂ ਕਾਲਜ 'ਚ ਜਾਂਦੇ ਹੀ ਮੈਨੂੰ ਡਰਾਮਾ ਜੋ ਗਰੁੱਪ ਸੀਗਾ ਕਾਲਜ ਦਾ, ਯੂਨੀਵਰਸਿਟੀ ਦਾ, ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੀ ਕੀਤੀ ਫਿਰ ਮੈਂ, ਉੱਥੇ ਮੈਨੂੰ ਡਰਾਮੇ 'ਚ ਜਗ੍ਹਾ ਮਿਲ ਗਈ। ਮਤਲਬ ਹੁੰਦਾ ਤਾਂ ਹੈ ਹੀ ਹੈ ਕਿ ਸ਼ੁਰੂ ਦੇ ਵਿੱਚ ਜਿਹੜੇ ਗਰੁੱਪ ਦੇ ਵਿੱਚ ਬੰਦੇ ਹੁੰਦੇ ਉਹ ਨਹੀਂ ਐਡਜਸਟ ਹੋਣ ਦਿੰਦੇ ਵੀ ਜਾਂ ਚਾਹ ਲੈ ਕੇ ਆ, ਮੇਰਾ ਪਾਨ ਲਿਆ, ਮੈਨੂੰ ਸਿਗਰਟ ਪਿਲਾ, ਇਹ ਉਹ ਇੱਦਾਂ ਕੰਮ ਕਰਵਾਉਂਦੇ ਹੁੰਦੇ ਸੀਗੇ। ਪਰ ਪਤਾ ਨਹੀਂ ਕੀ ਵਜ੍ਹਾ ਸੀਗੀ, ਪੁਲਿਸ ਦੇ ਵਿੱਚ ਹੁੰਦੇ ਹੋਏ ਵੀ ਮੇਰੇ ਦਿਲ ਵਿੱਚ ਉਹ ਸੇਵਾ ਜਿਹੜੀ ਮੇਰੇ ਤੋਂ ਕਰਵਾਉਂਦੇ ਸੀਗੇ ਮੈਂ ਉਹਨੂੰ ਮਾਇੰਡ ਨਹੀਂ ਕਰਦਾ ਸੀਗਾ। ਹੌਲੀ ਹੌਲੀ ਮੈਨੂੰ ਡਰਾਮੇ 'ਚ ਵੀ ਕੰਮ ਮਿਲ ਗਿਆ ਅਤੇ ਉੱਥੇ ਯੂਨੀਵਰਸਿਟੀ ਵਿੱਚ ਹੀ 22 ਮੈਨੂੰ ਬੈਸਟ ਐਕਟਿੰਗ ਅਵਾਰਡ ਮਿਲੇ। ਮੋਨੋ ਐਕਟਿੰਗ ਕਰਨ ਜਾਣਾ, 1 act ਪਲੇ ਕਰਨਾ, ਜਾਂ ਜਦੋਂ ਵੀ ਇੱਦਾਂ ਯੂਥ ਫੈਸਟੀਵਲ ਹੋਣੇ, ਤਾਂ ਰੱਬ ਦੀ ਕਿਰਪਾ ਸੀਗੀ ਜਾਂ ਕਿਆ ਕਹਾਂ, ਮੈਨੂੰ ਤਾਂ ਸਮਝ ਨਹੀਂ ਹੈ ਕਿ ਉਹ ਮੈਨੂੰ ਅਵਾਰਡ ਵਗੈਰਾ ਜਿਹੜੇ ਮਿਲਦੇ ਸੀਗੇ ਉਹਦੇ ਨਾਲ ਮੇਰਾ ਮਤਲਬ ਦਿਮਾਗ ਖਰਾਬ ਨਹੀਂ ਹੋਇਆ ਕਿ ਮੈਂ ਹੀਰੋ ਟਾਈਪ ਨਹੀਂ ਬਣ ਗਿਆ, ਉੱਥੇ ਪਾਪੂਲਰ ਨਹੀਂ ਕਾਲਜ 'ਚ ਹੋਇਆ, ਮੇਰਾ ਨਾਮ ਪਾਪੂਲਰ ਹੋ ਗਿਆ। ਮਤਲਬ ਬੋਰਡਾਂ 'ਤੇ ਜਿਹੜੇ ਹੁੰਦੇ ਨੋਟਿਸ ਬੋਰਡ, ਉਹਨਾਂ 'ਤੇ ਲਿਖਿਆ ਹੁੰਦਾ ਸੀਗਾ BN ਸ਼ਰਮਾ ਵਨ ਦਾ ਬੈਸਟ ਐਕਟਿੰਗ ਅਵਾਰਡ ਫਰੋਮ ਹੁਸ਼ਿਆਰਪੁਰ, ਕਦੇ ਮਕੇਰੀਆਂ ਤੋਂ, ਕਦੇ ਜਲੰਧਰ ਤੋਂ, ਇੱਦਾਂ। ਉੱਥੇ ਪੜ੍ਹਦੇ ਪੜ੍ਹਦੇ ਹੀ ਇੱਕ ਅਨਮੋਲ ਭੂਸ਼ਣ ਮੁੰਡਾ ਮੈਨੂੰ ਮਿਲਣ ਆਇਆ ਅਤੇ ਕਹਿੰਦਾ ਕਿ ਮੈਂ ਟੈਗੋਰ ਥੀਏਟਰ ਵਿੱਚ ਡਰਾਮੇ ਕਰਦਾ, ਪ੍ਰੋਫੈਸ਼ਨਲ ਥੀਏਟਰ ਕਰਦਾ, ਅਤੇ ਇੱਕ ਪਲੇ ਹੈ ਉਹਦੇ ਵਿੱਚ ਇੱਕ ਰੋਲ ਹੈ, ਉਹ ਤੁਹਾਤੋਂ ਕਰਵਾਉਣਾ। ਰੋਲ ਸੀਗਾ ਨੈਗੇਟਿਵ, ਮਤਲਬ ਪਲੇ ਦਾ ਨਾਮ ਸੀਗਾ ਰਾਮ ਸ਼ਿਆਮ ਜਦੂ, ਬਾਦਲ ਸਰਕਾਰ ਇੱਕ ਬੰਗਾਲ ਦੇ ਰਾਈਟਰ ਹੈ, ਉਹਨਾਂ ਦਾ ਲਿਖਿਆ ਹੋਇਆ ਸੀਗਾ। ਉਹਦੇ ਵਿੱਚ ਇੱਕ ਖੂਨੀ ਦਾ ਰੋਲ ਸੀਗਾ, ਮਰਡਰਰ ਸੀਗਾ ਬੰਦਾ, ਉਹਦਾ ਰੋਲ ਸੀਗਾ।
ਉਹ ਮੈਨੂੰ ਕਰਨੇ ਨੂੰ ਉਹਨੇ ਕਿਹਾ ਔਰ ਮੈਂ ਐਗਰੀ ਹੋ ਗਿਆ। ਦੇਖਿਆ ਤਾਂ ਉੱਥੇ ਆਡੀਅੰਸ ਦੇ ਸਾਹਮਣੇ ਪਲੇ ਕੀਤਾ, ਤਾੜੀਆਂ ਵੱਜਣ ਜਾਂ ਲੋਕ ਬਾਅਦ ਵਿੱਚ ਮਿਲਣ ਆਉਣ, ਫੋਟੋਆਂ ਪਲੇ ਦੀਆਂ ਹੋਣ, ਉਹ ਇੱਕ ਲਾਈ ਜਿਹੜਾ ਸਮਾਂ ਸੀਗਾ ਉਹ ਮਤਲਬ ਮੈਨੂੰ ਲੱਗਿਆ ਕਿ ਇਹ ਬੜਾ ਵਧੀਆ ਸਮਾਂ ਹੈ। ਉਹ ਜਿਹੜੀ ਮੈਂ ਪੁਲਿਸ ਦੀ ਡਰੈਸ ਪਾ ਕੇ ਘੁੰਮਦਾ ਹੈ ਜਾਂ ਬੈਲਟ ਲਾ ਕੇ ਘੁੰਮਦਾ ਹੈ, ਉਹ ਤੋਂ ਜ਼ਿਆਦਾ ਮੈਨੂੰ ਇੱਥੇ ਰਿਸਪੈਕਟ ਮਿਲ ਰਹੀ ਹੈ, ਇਸ ਤਰ੍ਹਾਂ ਦਾ ਫੀਲ ਹੋਇਆ। ਫਿਰ ਮੈਂ ਨਾਟਕ ਕਰਨੇ ਸ਼ੁਰੂ ਕਰ ਦਿੱਤੇ ਔਰ ਪੜ੍ਹਾਈ ਵੱਲ ਫਿਰ ਵੀ ਮੇਰਾ ਇੰਨਾ ਧਿਆਨ ਨਹੀਂ ਗਿਆ। ਮੇਰਾ ਖਿਆਲ ਹੈ ਕਿ ਮੈਂ ਚੰਡੀਗੜ੍ਹ ਦੇ ਕੋਈ ਤਕਰੀਬਨ 40 ਕੁ ਡਾਇਰੈਕਟਰਾਂ ਨਾਲ ਕੰਮ ਕੀਤਾ ਜੀ, ਔਰ ਉਸ ਵੇਲੇ ਦਿਮਾਗ 'ਚ ਸਿਰਫ ਇਹ ਹੁੰਦਾ ਸੀਗਾ ਵੀ ਮੇਰਾ ਅਖਬਾਰਾਂ 'ਚ ਨਾਮ ਆਏ, ਅੱਛਾ ਮੇਰੇ ਰੋਲ ਨੂੰ ਐਪਰੀਸ਼ੀਏਟ ਕਰਨ। ਅਹੂਜਾ ਸਾਹਿਬ ਸੀਗੇ ਇੱਕ CL ਅਹੂਜਾ, ਉਹ ਕ੍ਰਿਟਿਕ ਸੀਗੇ ਅਤੇ ਉਹਨਾਂ ਤੋਂ ਡਰਦਾ ਸੀਗਾ। ਉਹ ਹਰ ਪਲੇਅ ਦੇ ਵਿੱਚ ਟੈਗੋਰ 'ਚ ਜਿਹੜਾ ਵੀ ਪਲੇਅ ਹੁੰਦਾ ਸੀਗਾ ਉਹਦਾ ਉਹ ਰਿਪੋਰਟਿੰਗ ਕਰਨ ਆਉਂਦੇ ਸੀਗੇ, ਕ੍ਰਿਟੀਸਿਜ਼ਮ ਕਰਦੇ ਸੀਗੇ, ਬੜੇ ਸਮਝਦਾਰ ਬੰਦੇ ਸੀਗੇ। ਮੈਨੂੰ ਲੱਗਦਾ ਕਿ ਅੱਜ ਇੱਥੇ ਪੁੱਜਣ ਤੱਕ ਉਹਨਾਂ ਦਾ ਵੀ ਬੜਾ ਯੋਗਦਾਨ ਹੋਏਗਾ। ਇੱਕ ਪਲੇਅ ਦੇ ਵਿੱਚ ਉਹ ਮੈਂ ਅਮਲੀ ਜਿਹਾ ਬਣਿਆ ਹੋਇਆ ਅਤੇ ਇੱਕ ਪਿੰਡ ਦਾ ਸਰਪੰਚ ਦੀ ਡੈਥ ਹੋ ਜਾਂਦੀ ਹੈ ਅਤੇ ਉਹ ਮਰਿਆ, ਉਹ ਗਿਰਿਆ ਅਤੇ ਉਹ ਗਿਰ ਜਦੋਂ ਗਿਰਿਆ ਅਤੇ ਉਹ ਬਜ਼ੁਰਗ ਜਿਹਾ ਦਿਖਾਇਆ ਸੀਗਾ, ਚਿੱਟੀ ਦਾੜੀ ਕੀਤੀ ਹੋਈ, ਗਿਰਿਆ ਤਾਂ ਪੱਗ ਉਤਰ ਗਈ, ਅੰਦਰੋਂ ਕਾਲੇ ਬਾਲ ਸੀਗੇ, ਪੱਗ ਉਤਰ ਗਈ, ਲੋਕ ਹੱਸਣ ਲੱਗ ਗਏ ਜਿਹੜੇ ਆਡੀਅੰਸ ਦੇਖ ਰਹੇ ਸੀਗੇ। ਉਦੋਂ ਬਾਅਦ ਮੇਰਾ ਬੜਾ ਸੈਡ ਜਿਹਾ ਰੋਲ ਸੀਗਾ ਕਿ ਜੀ ਮੈਂ ਬੜਾ ਅਫਸੋਸ ਹੈ, ਬੜੇ ਅੱਛੇ ਸਰਪੰਚ ਸਾਹਿਬ ਸੀਗੇ, ਬੜੀ ਪਿੰਡ ਦੀ ਖਿਆਲ ਕਰਦੇ ਸੀ। ਉਹ ਮੈਂ ਆਇਆ ਸਟੇਜ 'ਤੇ ਤਾਂ ਲੋਕ ਹੱਸ ਰਹੇ ਅਤੇ ਮੈਂ ਬੜਾ ਸੈਡ ਜਿਹਾ ਹੋ ਕੇ ਬੋਲਣਾ ਸੀਗਾ। ਮੈਨੂੰ ਲੱਗਿਆ ਕਿ ਸ਼ਾਇਦ ਮੇਰਾ ਨਾੜਾ ਵਗੈਰਾ ਲਟਕਿਆ ਹੋਇਆ, ਮੈਂ ਉਹ ਡਾਇਲੋਗ ਬੋਲਦੇ ਬੋਲਦੇ ਪਿੱਛੇ ਨੂੰ ਮੁੜ ਕੇ ਆਪਣਾ ਨਾੜਾ ਵਗੈਰਾ ਦੇਖਿਆ, ਚੈੱਕ ਕੀਤਾ, ਕੁਛ ਸਭ ਠੀਕ। ਇੰਨੇ ਨੂੰ ਕੀ ਹੋਇਆ, ਉਹ ਬੰਦੇ ਜਿਹੜਾ ਮਰਿਆ ਪਿਆ ਸਰਪੰਚ ਸੀਗਾ, ਉਹਨੇ ਹੌਲੀ ਹੌਲੀ ਉਹ ਹਨੇਰਾ ਜਿਹਾ, ਉਹਨਾਂ ਨੇ ਲਾਈਟਾਂ ਡਿਮ ਜੀ ਕੀਤੀਆਂ, ਉਹਨੇ ਹੌਲੀ ਹੌਲੀ ਹੱਥ ਇੱਦਾਂ ਕਰਕੇ ਪੱਗ ਨੂੰ ਸੈੱਟ ਕਰ ਲਿਆ। ਉਹ ਲੋਕ ਹੋਰ ਜ਼ਿਆਦਾ ਹੱਸਣ ਲੱਗੇ, ਮੇਰੇ ਉਹ ਵੀ ਡਾਇਲੋਗ ਗੁਆਚ ਗਏ। ਪਰ ਇਹ ਜੀ ਸਰਕਮਸਟਾਂਸਿਸ ਦੇ ਵਿੱਚ ਪਲੇਅ ਕਰਨੇ ਤੋਂ ਮਨ ਰੁਕਿਆ ਨਹੀਂ। ਉਹਦੇ ਨਾਲ ਜਲੰਧਰ ਦੂਰਦਰਸ਼ਨ ਤੋਂ ਉਹਨਾਂ ਦੀ ਟੀਮ ਆਉਂਦੀ ਸੀਗੀ ਅਤੇ ਉਹ ਸਟੇਜ 'ਤੇ ਜਿਹੜੇ ਪਲੇਅ ਹੁੰਦੇ ਸੀਗੇ ਉਹ 3 ਕੁ ਪਲੇਅ ਰਿਕਾਰਡ ਕਰਕੇ ਉੱਥੇ ਚਲਾਉਂਦੇ ਸੀਗੇ। ਜਿਹੜੀ ਪਹਿਲਾਂ ਮੈਂ TV 'ਤੇ ਆਇਆ ਉਹ ਇਹ ਸੀਗਾ। ਅਤੇ ਰੱਬ ਵੱਲੋਂ ਕੀ ਸੀਗਾ ਕਿ ਜਿਹੜੇ 3 ਪਲੇਅ ਉਹਨਾਂ ਨੇ ਰਿਕਾਰਡ ਕੀਤੇ ਉਹ 3 'ਚ ਮੈਂ ਰੋਲ ਕਰ ਰਿਹਾ ਸੀਗਾ ਮੇਨ। ਉਹ TV 'ਚ ਜਦੋਂ ਰਿਕਾਰਡ ਕਰਕੇ ਗਏ, CK ਸਾਨੀ ਸੀਗੇ ਪ੍ਰੋਡਿਊਸਰ ਡਾਇਰੈਕਟਰ, ਉਹਨਾਂ ਨੇ ਕਿਹਾ ਕਦੀ ਤੁਸੀਂ ਆਡੀਸ਼ਨ ਵਗੈਰਾ ਦਿੱਤਾ ਜਲੰਧਰ? ਮੈਂ ਕਿਹਾ ਜੀ ਨਹੀਂ। ਉਹਨਾਂ ਨੇ ਕਿਹਾ ਮੈਂ ਆਪਕੋ ਬੁਲਾਊਂਗਾ। ਮੈਨੂੰ ਲੱਗਿਆ ਇੱਦਾਂ ਹੀ ਬੋਲਦੇ ਹੈ। ਪਰ ਕੁਛ ਮਹੀਨਿਆਂ ਬਾਅਦ ਮੈਨੂੰ ਉਹਨਾਂ ਦੀ ਟੈਲੀਗ੍ਰਾਮ ਆ ਗਈ ਕਿ ਆਓ ਤੁਹਾਡਾ ਆਡੀਸ਼ਨ ਕਰਾਂਗੇ ਔਰ ਇੱਕ ਨਾਟਕ ਦੇ ਵਿੱਚ ਰੋਲ ਦਾਂਗੇ। ਮੈਂ ਗਿਆ ਅਤੇ ਉੱਥੇ ਪਤਾ ਲੱਗਿਆ ਕਿ ਪਲੇਅ ਦਾ ਨਾਮ ਹੈ ਜੇਬ ਕਤਰੇ ਅਤੇ ਮੇਰਾ ਰੋਲ ਹੈਗਾ ਕਾਂਸ਼ੀ ਰਾਮ, ਕੈਰੈਕਟਰ ਦਾ ਨਾਮ। ਮੈਂ ਕਿਹਾ ਕੋਈ ਚਪੜਾਸੀ ਹੋਏਗਾ ਕਾਂਸ਼ੀ ਰਾਮ ਵੀ ਪਹਿਲਾਂ ਹੀ ਮਿਲ।
ਬਾਅਦ 'ਚ ਪਤਾ ਲੱਗਿਆ ਮੇਨ ਜੇਬ ਕਤਰਾ ਹੀ ਮੈਂ ਹੈ। ਸਾਦਤ ਹਸਨ ਮਾਂਟੋ ਦੀ ਕਹਾਣੀ ਦੇ ਉੱਤੇ ਸੀਗੀ ਇਹ ਟੈਲੀਫਿਲਮ ਹਿੰਦੀ ਦੇ ਵਿੱਚ। ਮੈਨੂੰ ਉਹਨਾਂ ਨੇ ਸਾਨੀ ਸਾਹਿਬ ਨੇ ਕਿਹਾ ਕਿ ਇਹ ਪਲੇ ਕਦੀ ਨਸੀਰੂਦੀਨ ਸਾਹਿਬ ਨੇ ਕੀਤਾ ਸੀਗਾ ਅਤੇ ਇਹ ਪਲੇ ਬੜਾ ਦਿਲ ਲਾ ਕੇ ਕਰਨਾ। ਅਤੇ ਮੇਰੀ ਕੁਦਰਤੀ ਸ਼ਕਲ ਹੀ ਕੁਛ ਇੱਦਾਂ ਦੀ ਬਦਮਾਸ਼ਾਂ ਵਰਗੀ ਸੀਗੀ ਕਿ ਹੁਣ ਵੀ ਹੈ ਵੈਸੇ। ਅਤੇ ਮਤਲਬ ਜਿਹੜੀ ਜੇਬ ਕਤਰੇ ਦੀ ਸ਼ੂਟਿੰਗ ਹੋਣ ਵਾਸਤੇ ਜਲੰਧਰ ਬੱਸ ਅੱਡੇ 'ਤੇ ਗਏ ਤਾਂ ਉੱਥੇ ਪੁਲਿਸ ਵਾਲੇ ਮੈਨੂੰ ਸੱਚੀ ਦਾ ਜੇਬ ਕਤਰਾ ਸਮਝਣ ਲੱਗ ਗਏ। ਉਸ ਪਲੇ ਤੋਂ ਬਾਅਦ ਬੇਸ਼ੁਮਾਰ ਪਲੇ ਕੀਤੇ ਦੂਰਦਰਸ਼ਨ 'ਤੇ। ਫਿਰ ਉੱਥੇ ਹੀ ਦੂਰਦਰਸ਼ਨ ਦੇ ਵਿੱਚ ਹੀ ਇੱਕ ਡਾਇਰੈਕਟਰ ਪ੍ਰੋਡਿਊਸਰ ਸੀਗੇ, ਹਰਜੀਤ ਭਾਜੀ ਦੇ ਨਾਮ ਤੋਂ ਮਸ਼ਹੂਰ ਹੈ, ਉਹ ਹੁਣ ਵੀ ਹੈ। ਉਹਨਾਂ ਨੇ ਫਿਲਮ ਬਣਾਈ ਵਿਸਾਖੀ, ਉਹਦੇ ਵਿੱਚ ਉਹਨਾਂ ਨੇ ਮੈਨੂੰ ਰੋਲ ਦਿੱਤਾ। ਕਰੈਕਟਰ ਦਾ ਨਾਮ ਸੀਗਾ ਤੂਸ਼, ਕੱਚੀ ਸ਼ਰਾਬ ਵਗੈਰਾ ਕੱਢਦਾ ਸੀਗਾ, ਫੀਮ ਜੇ ਵੋ, ਬੜਾ ਭੈੜਾ ਜਿਹਾ ਰੋਲ ਸੀਗਾ। ਉਹ ਮੈਨੂੰ ਮਿਲ ਗਿਆ। ਉਹਦੇ ਵਿੱਚ ਇੱਕ ਸੀਨ ਸੀਗਾ ਜਿਹਦੇ 'ਚ ਮੈਂ ਮੁਰਗੇ ਨੂੰ ਇਸ ਤਰ੍ਹਾਂ ਪਕੜ ਕੇ ਉਹਦੇ ਪੰਖ ਖਿੱਚਣੇ ਸੀਗੇ, ਬਈ ਜਿਹੜੀ ਮੇਰੀ ਵਾਈਫ ਬਣੀ ਹੋਈ ਸੀਗੀ ਉਸ ਵੇਲੇ, ਅਤੇ ਉਹ ਹੰਸ ਰਾਜ ਜੀ ਵੀ ਉਹਦੇ ਵਿੱਚ ਰੋਲ ਕਰ ਰਹੇ ਸੀਗੇ, ਹੰਸ ਰਾਜ ਜੀ ਨੂੰ ਮਿਲ ਕੇ ਆ ਰਹੀ, ਮਤਲਬ ਉਹਨਾਂ ਦਾ ਪਹਿਲਾਂ ਅਫੇਅਰ ਹੁੰਦਾ। ਤਾਂ ਉਹ ਕਰੂਅਲਟੀ ਦਿਖਾਉਣ ਵਾਸਤੇ ਮੈਨੂੰ ਕਹਿੰਦੇ ਕਿ ਇੱਦਾਂ ਟੋਕਰੀ ਦੇ ਥੱਲੋਂ ਕੱਢਣਾ ਮੁਰਗਾ ਅਤੇ ਉਹਨੂੰ ਇੱਦਾਂ ਕਰਨਾ ਖਿੱਚਣਾ। ਮੈਂ ਤਾਂ ਕਦੀ ਆਂਡੇ ਨੂੰ ਵੀ ਹੱਥ ਨਹੀਂ ਲਾਇਆ ਸੀਗਾ। ਮੈਂ ਕਿਹਾ ਜੀ ਇਹ ਤਾਂ ਮੇਰੇ ਸੇ ਨਹੀਂ ਹੋਗਾ, ਮੈਂ ਇਹ ਨਹੀਂ ਕਰ ਪਾਵਾਂਗਾ। ਉਹਨਾਂ ਕਿਹਾ ਇਹ ਤਾਂ ਕਰਨਾ ਪੈਣਾ, ਇੱਦਾਂ ਦੀ ਰਿਕੁਆਇਰਮੈਂਟ ਹੈ ਸੀਨ ਦੀ ਇਹ ਹੈ। ਉਹ ਜੀ ਮੈਂ ਉਹਨਾਂ ਨੂੰ ਕਿਹਾ ਵੀ ਇਹਦੇ ਪੈਰ ਜੇ ਬੰਦ ਹੋ, ਉਹ ਪੈਰ ਬੰਦ ਅਤੇ ਉਹਦੇ ਪੰਜੇ ਫਿਰ ਮੈਂ ਦੇਖਾਂ ਪਕੜ ਕੇ, ਮੇਰੇ ਤੋਂ ਹੋਏ ਨਾ। ਫਿਰ ਉਹ ਪਰੇਸ਼ਾਨ ਜੇ ਹੋਏ ਤਾਂ ਉਹਨਾਂ ਨੇ ਮਰੀ ਹੋਈ ਮੁਰਗੀ ਜੀ ਮੰਗਾ ਲਈ। ਉਹਨਾਂ ਨੇ ਕਿਹਾ ਇਹ ਤਾਂ ਮਰੀ ਹੋਈ ਹੈ, ਤੂੰ ਇਹਨੂੰ ਕੱਢੀ ਅਤੇ ਇਹਦੇ ਖੰਭ ਜੇ ਖਿੱਚ ਦੇ। ਉਹ ਕਰਨ ਲੱਗਿਆ ਅਤੇ ਮੈਂ ਦੇਖਿਆ ਉਹਦਾ, ਜਦੋਂ ਮੈਂ ਪੰਖ ਇੱਦਾਂ ਖਿੱਚਿਆ ਮਾੜਾ ਜਿਹਾ ਰਿਹਰਸਲ ਵਿੱਚ, ਤਾਂ ਸਕਿਨ ਇੱਦਾਂ ਉੱਪਰ ਨੂੰ ਆਏ। ਉਹ ਮੈਂ ਕਿਹਾ ਯਾਰ ਇਹ ਵੀ ਨਹੀਂ ਹੋਏਗਾ, ਮੈਨੂੰ ਡਰ ਜਿਹਾ ਲੱਗੇ। ਮੈਂ ਫਿਰ ਉਹਨਾਂ ਨੂੰ ਕਿਹਾ ਕਿ ਜੀ ਰਹਿਣ ਦਿਓ, ਮੈਂ ਨਹੀਂ ਕਰਨੀ ਇਹ ਫਿਲਮ। ਉਹ ਕਹਿੰਦੇ ਯਾਰ ਹੁਣ ਇੰਨੀ ਹੋ ਚੁੱਕੀ ਹੈ। ਫਿਰ ਉਹਨਾਂ ਨੇ ਸੋਚ ਸੋਚ ਕੇ ਕੀ ਕੀਤਾ ਕਿ ਉਹ ਪੰਖ ਆਪ ਹੀ ਖਿੱਚ ਕੇ ਮੇਰੇ ਇੱਥੇ ਫਸਾ ਤੇ ਹੱਥ ਵਿੱਚ, ਅਤੇ ਜਦੋਂ ਮੈਂ ਉਹ ਖਿੱਚਾਂਗਾ ਤਾਂ ਕੈਮਰੇ ਦੇ ਥੱਲੇ ਤੋਂ ਖੂਨ ਦੇ ਛਿੱਟੇ ਮੇਰੇ ਮੂੰਹ 'ਤੇ ਪਾ ਦੇਣਗੇ ਵੀ ਇਹਨਾਂ ਕੀਤਾ। ਉਹ ਕੀਤਾ ਜੀ, ਹੋ ਗਿਆ ਸੀਨ ਬੜਾ ਵਧੀਆ। ਪਰ ਜਦੋਂ ਉਹ ਫਿਲਮ ਆਈ ਮੇਰੀ ਮਦਰ ਨੇ ਦੇਖੀ, ਫਾਦਰ ਵਗੈਰਾ ਤਾਂ ਨਹੀਂ ਦੇਖਦੇ ਸੀਗੇ, ਅਤੇ ਮਾਂ ਨੇ ਕਿਹਾ ਵੀ ਪੁੱਤ ਇਹ ਕੀ ਕਸਾਈਆਂ ਵਾਲਾ ਕੰਮ ਕਰ ਰਹੇ ਹੈ, ਇਹੋ ਜਿਹੇ ਕੰਮ ਨਾ ਕਰ ਰਹੀਏ। ਪਰ ਮੈਂ ਇਹ ਨਹੀਂ ਕਿ ਇੰਨੇ ਪੀਰੀਅਡ ਦੇ ਵਿੱਚ ਆਪਣੇ ਘਰ ਨਹੀਂ ਗਿਆ ਜਾਂ ਉਹਨਾਂ ਨਾਲ ਮਿਲਿਆ ਨਹੀਂ। ਇੱਕ ਵਾਰੀ ਰੰਜਿਸ਼ ਹੋਈ ਔਰ ਮੈਂ ਆ ਗਿਆ, ਉਹ ਤੋਂ ਬਾਅਦ ਮਿਲਦਾ ਰਹਿੰਦਾ ਸੀਗਾ। ਜਿੰਨੀ ਵੀ ਮੇਰੇ ਗੁੰਜਾਇਸ਼ ਹੁੰਦੀ ਸੀਗੀ ਮੈਂ ਹੈਲਪ ਵੀ ਕਰਦਾ ਰਿਹਾ। ਉਹ ਫਿਲਮ ਦੀ ਡਬਿੰਗ ਕਰਨ ਵਿਸਾਖੀ ਦੀ ਗਏ ਬੰਬੇ, ਉੱਥੇ ਹਰਜੀਤ ਭਾਜੀ ਜੋ ਡਾਇਰੈਕਟਰ ਸੀਗੇ ਉਹਨਾਂ ਦੇ ਦੋਸਤ ਸੀਗੇ ਜਗਦਰਸ਼ਨ ਸਮਰਾ, ਇਹ ਮੇਰੇ ਖਿਆਲ ਸੰਨੀ ਹੋਣਾ ਸੰਨੀ ਦਿਓਲ ਹੋਣਾਂ ਦੇ ਰੈਲੇਟਿਵ ਸੀਗੇ ਕੋਈ। ਉਹਨਾਂ ਨੂੰ ਡਬਿੰਗ ਵਾਸਤੇ ਉਹਨਾਂ ਨੇ ਬੁਲਾਇਆ, ਦੇਖਣ ਵਾਸਤੇ ਬੁਲਾਇਆ। ਰੱਬ ਦਾ ਇਹੋ ਜਿਹਾ ਗੁਰੂ ਮਹਾਰਾਜ ਦੀ ਕਿਰਪਾ ਹੋਈ ਕਿ ਮੇਰਾ ਸੀਨ ਚੱਲ ਰਿਹਾ ਔਰ ਮੈਂ ਡਬਿੰਗ ਕਰ ਰਿਹਾ, ਉਹਨਾਂ ਨੂੰ ਅੱਛਾ ਲੱਗਿਆ ਹੋਣਾ। ਉਹਨਾਂ ਨੇ ਮੇਰੇ ਕੋਲ ਮੈਨੂੰ ਕਿਹਾ ਵੀ ਪੰਡਿਤ ਜੀ
ਇੱਕ ਮੈਂ ਫਿਲਮ ਕਰਨ ਆ ਰਿਹਾ ਜਿਗਰਾ ਜੱਟ ਦਾ, ਉਹਦੇ ਵਿੱਚ ਤੁਹਾਨੂੰ ਰੋਲ ਦਾਂਗਾ। ਉਹ ਸੈਕਿੰਡ ਫਿਲਮ ਜਿਗਰਾ ਜੱਟ ਦਾ ਮਿਲ ਗਈ। ਉਸ ਫਿਲਮ ਦੇ ਵਿੱਚ ਮੇਨ ਵਿਲਨ ਸੀਗੇ ਯੋਗ ਰਾਜ ਜੀ, ਉਹ ਉਹਨਾਂ ਦਾ ਮੈਂ ਇੱਕ ਤਰ੍ਹਾਂ ਦਾ ਰਾਈਟ ਹੈਂਡ ਸੀਗਾ ਉਸ ਫਿਲਮ ਦੇ ਵਿੱਚ। ਤਾਂ ਯੋਗ ਰਾਜ ਜੀ ਨਾਲ ਸ਼ੂਟਿੰਗ ਕਰਦੇ ਹੋਏ ਯੋਗ ਰਾਜ ਜੀ ਨੇ ਕਿਹਾ ਮੈਂ ਇੱਕ ਫਿਲਮ ਡਾਇਰੈਕਟ ਕਰ ਰਿਹਾ ਜੱਟ ਪੰਜਾਬ ਦਾ, ਉਹਦੇ ਵਿੱਚ ਮੇਨ ਵਿਲਨ ਦਾ ਰੋਲ ਹੈ, ਦੀਪ ਢਿੱਲੋਂ ਵੀ ਹੈ ਅਤੇ ਉਹ ਵੀ ਮਤਲਬ ਤੁਸੀਂ ਮੇਨ ਹੋਵੋਗੇ, ਦੀਪ ਢਿੱਲੋਂ ਸੈਕਿੰਡ ਹੋਏਗਾ। ਉਹ ਮਿਲ ਗਈ ਫਿਲਮ। ਇਸ ਤਰ੍ਹਾਂ ਯੋਗਰਾਜ ਜੀ ਨੇ ਮੇਰੇ 'ਤੇ ਕੰਮ ਕੀਤਾ ਕਿ ਦੀਪ ਢਿੱਲੋਂ ਜੀ ਤੋਂ ਮੈਂ ਕੋਈ ਜ਼ਿਆਦਾ ਛੋਟਾ ਐਕਟਰ ਨਹੀਂ ਦਿਖਿਆ। ਪਰ ਉਹ ਸਮਾਂ ਸੀਗਾ ਕਿ ਉਹਦੇ ਨਾਲ ਪ੍ਰੋਡਿਊਸਰ ਵਗੈਰਾ ਨਾ ਤਾਂ ਵੈਨਿਟੀ ਹੁੰਦੀ ਸੀਗੀ, ਨਾ ਇਸ ਤਰ੍ਹਾਂ ਕੋਸਟਿਊਮ ਵਗੈਰਾ 'ਤੇ ਜ਼ਿਆਦਾ ਉਹ ਕਰਦੇ ਸੀਗੇ। ਮੈਂ ਕਈ ਵਾਰੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ ਕਿ ਇੱਦਾਂ ਫੋਨ ਆਉਂਦਾ ਸੀਗਾ, ਸ਼ਰਮਾ ਜੀ ਇੱਕ ਬੜਾ ਵਧੀਆ ਰੋਲ ਹੈ, ਤੁਹਾਡੇ ਕੋਲ ਕਾਲਾ ਚਾਦਰਾ ਕੁੜਤਾ ਹੈ? ਜੇ ਮੈਂ ਕਹਿਤਾ ਨਹੀਂ ਹੈ ਤਾਂ ਰੋਲ ਨਹੀਂ ਮਿਲਦਾ ਸੀਗਾ। ਜੇ ਹੈ ਕਹਿਤਾ ਤਾਂ ਉਹਨਾਂ ਨੇ ਕਹਿਣਾ ਆ ਜਾਓ ਜੀ ਰੋਲ ਕਰਾਂਗੇ। ਰੋਲ ਕਰਨਾ ਅਤੇ ਮੈਂ ਕਹਿਣਾ ਜੀ ਮੇਰੇ ਕੋਲ ਪੰਜਾਬੀ ਜੁੱਤੀ ਨਹੀਂ ਹੈ, ਤਾਂ ਉਹਨਾਂ ਨੇ ਕਹਿਣਾ ਵੀ ਇੱਥੋਂ ਹੀ ਪਿੰਡ ਦੇ ਵਿੱਚ ਜਿਹੜੀ ਸ਼ੂਟਿੰਗ ਦੇਖ ਰਹੇ ਹਾਂ ਲੋਕ ਇਹਨਾਂ ਤੋਂ ਕਿਸੇ ਤੋਂ ਲੈ ਲੈਂਦੇ। ਤਾਂ ਕੋਈ ਖੜਾ ਸੀਗਾ, ਉਹਨੂੰ ਕਿਹਾ ਕਿ ਯਾਰ ਜੁੱਤੀ ਦੇ, ਉਹਨੇ ਜੁੱਤੀ ਦੇ ਦਿੱਤੀ, ਮੈਂ ਜੁੱਤੀ ਪਾਈ, ਥੋੜ੍ਹੀ ਜਿਹੀ ਖੁੱਲ੍ਹੀ ਸੀਗੀ, ਮੈਂ ਕਿਹਾ ਚਲੋ ਚੱਲ ਜਾਏਗੀ। ਮੈਂ ਬੋਲਿਆ ਡਾਇਲੋਗ, ਨਿਕਲ ਬਾਹਰ ਵੱਡਿਆ ਬਦਮਾਸ਼ਾ, ਅੱਜ ਫੈਸਲਾ ਹੋ ਜਾਏਗਾ। ਇਸ ਤਰ੍ਹਾਂ ਉਹਨੇ ਡਾਇਰੈਕਟਰ ਨੇ ਕਿਹਾ ਯਾਰ ਥੋੜ੍ਹਾ ਲਾਊਡ ਕਰੋ ਔਰ ਉਹ ਕਰੋ, ਹੀਰੋ ਦੇ ਘਰ ਦੇ ਮੂਹਰੇ ਖੜ੍ਹੇ ਹੋ ਐਨ ਸ਼ਾਊਟ ਕਰੋ। ਮੈਂ ਸ਼ਾਊਟ ਕਰਕੇ ਆਓ ਨਿਕਲ ਵੱਡਾ ਬਦਮਾਸ਼ਾ, ਇਹ ਹੋ ਜਾਏਗਾ ਅੱਜ ਮੈਂ ਤੇਰਾ ਫੈਸਲਾ। ਉਹਨੇ ਕਿਹਾ ਨਹੀਂ ਯਾਰ ਇਹ ਨਹੀਂ ਹੈ, ਤੁਸੀਂ ਜ਼ਰਾ ਹੋਰ ਜ਼ਿਆਦਾ। ਇਸ ਤਰ੍ਹਾਂ ਉਹ ਚਾਰ ਪੰਜ ਵਾਰੀ ਕੱਟ ਕੁੱਟ ਹੋਇਆ ਅਤੇ ਉਹ ਜਿਹਦੀ ਜੁੱਤੀ ਸੀਗੀ ਉਹ ਤੰਗ ਆ ਗਿਆ ਬੰਦਾ। ਉਹ ਕਹਿੰਦਾ ਵੀ ਦੇ ਵੀਰ ਮੇਰੀ ਜੁੱਤੀ ਦੇ ਦੇ। ਮੈਂ ਕਿਹਾ ਯਾਰ ਸੀਨ ਤਾਂ ਹੋਣ ਦੇ। ਉਹ ਕਹਿੰਦਾ ਕੀ ਕਰੇਗਾ ਸੀਨ, ਦੋ ਲਾਈਨਾਂ ਬੋਲਣੀਆਂ ਤੈਨੂੰ ਯਾਦ ਹੀ ਨਹੀਂ ਹੋ ਰਹੀਆਂ। ਮੈਂ ਕਿਹਾ ਯਾਦ ਤਾਂ ਹੈ ਯਾਰ, ਉਹ ਨਹੀਂ ਡਾਇਰੈਕਟਰ ਸਾਹਿਬ ਕਹਿੰਦੇ। ਉਹ ਕਹਿੰਦਾ ਨਹੀਂ ਨਹੀਂ ਯਾਰ ਤੂੰ ਦੇ ਜੁੱਤੀ। ਮੈਂ ਕਿਹਾ ਯਾਰ ਕਰਨ ਦੇ। ਕਹਿੰਦਾ ਯਾਰ ਤੁਹਾਡਾ ਤਾਂ ਮੁੱਕਣਾ ਹੀ ਨਹੀਂ ਹੈ ਕੁੱਤਕਾਨਾ, ਮੈਂ ਸ਼ਹਿਰ ਜਾਣਾ ਸੀਗਾ, ਦੇ ਜੁੱਤੀ ਲਾ। ਮੈਂ ਡਾਇਰੈਕਟਰ ਨੂੰ ਕਿਹਾ, ਮੈਂ ਕਿਹਾ ਸਰ ਇਹ ਤਾਂ ਮੰਗ ਰਿਹਾ ਇੱਦਾਂ। ਕਹਿੰਦਾ ਚਲੋ ਕੋਈ ਨਹੀਂ ਦੇ ਦਿਉ। ਮੈਂ ਕਿਹਾ ਫਿਰ? ਕਹਿੰਦਾ ਕੋਈ ਨਹੀਂ ਪੈਰ ਅਵੋਇਡ ਕਰ ਲਾਂਗੇ। ਤਾਂ ਵਿਲਨ ਨੰਗੇ ਪੈਰ ਖੜਿਆ ਹੋ ਕੇ ਉੱਥੇ ਬਾਜਾ ਮਾਰ ਰਿਹਾ ਹੀਰੋ ਦੇ ਘਰ ਅੱਗੇ। ਇਹੋ ਜਿਹੇ ਹਾਲਾਤ ਸੀਗੇ। ਜਾਂ ਮੇਕਅਪ ਕਰਨਾ ਪਿੰਡ ਵਿੱਚ ਕਿਸੇ ਪਿੱਪਲ ਦੇ ਥੱਲੇ, ਕਿੱਕਰਾਂ ਦੇ ਥੱਲੇ, ਜਾਂ ਕਿਤੇ ਮੇਕਅਪ ਕਰਨੇ ਪਿੰਡ ਦੇ ਬੱਚੇ ਤੀਵੀਆਂ ਉੱਪਰੋਂ ਦੇਖ ਰਹੇ ਹਾਂ, ਤਾੜੀ ਚਿੱਟੀ ਹੋ ਰਹੀ ਕਿ ਕਾਲੀ ਹੋ ਰਹੀ, ਕੀ ਹੋ ਰਿਹਾ ਕੀ ਆ। ਤੋ ਓਲਾ ਨਹੀਂ ਸੀਗਾ ਇੱਕ ਜੋ ਆਡੀਅੰਸ ਨਾਲ ਐਕਟਰਾਂ ਦਾ ਓਲਾ ਜਾਂ ਮੇਕਅਪ ਦੇ ਟਾਈਮ ਹੁੰਦਾ ਹੈ ਅੱਜ ਕੱਲ੍ਹ ਜਿੱਦਾਂ, ਉਹ ਨਹੀਂ ਸੀਗਾ। ਜਾਂ ਮੈਨੂੰ ਨਹੀਂ ਲੱਗਦਾ ਮੈਂ ਕੁਛ ਕੀਤਾ। ਉਹੀ ਦਾੜੀ ਮੈਂ ਅੱਜ ਤੱਕ ਨਾ ਕਦੀ ਕਟਾਈ। ਇੱਕ ਵਾਰੀ ਦਾੜੀ ਦੇ ਪਿੱਛੇ ਤਾਂ ਮੇਰੇ ਫਾਦਰ ਜਦੋਂ ਵਿਆਹ ਹੋਣਾ ਸੀਗਾ ਗੁੱਸੇ ਹੋ ਗਏ, ਕਹਿੰਦੇ ਵੀ ਉਹ ਕੁੜੀ ਵਾਲੇ ਕਹਿੰਦੇ ਆ ਕਿ ਇਹ ਕੀ ਸ਼ਕਲ ਹੈ ਮੁੰਡੇ ਦੀ, ਨਾ ਬਾਹਮਣਾਂ 'ਚ ਨਾ ਮੁਸਲਮਾਨਾਂ 'ਚ, ਹੈ ਵੀ ਦਾੜੀ ਰੱਖੀ ਹੋਈ ਹੈ, ਬਾਲ ਵਧਾਏ ਹੋਏ ਹੈ, ਵੀ ਇੱਦਾਂ ਨਹੀਂ ਠੀਕ ਹੈ, ਇਹਨੂੰ ਕਹੋ ਵੀ ਦਾੜੀ ਕਟਾ ਲਏ ਜਦੋਂ ਵਿਆਹ 'ਤੇ ਆਏਗਾ।
ਮੇਰੇ ਫਾਦਰ ਨੇ ਵਿਆਹ ਵਾਲੇ ਦਿਨ ਮੈਂ ਗਿਆ ਜਦੋਂ ਪਿੰਡ ਇੱਥੇ ਰੋਪੜ ਕੋਲ ਹੀ ਹੈ ਮੇਰਾ ਪਿੰਡ ਭਾਂਗਲਾ ਭਰਤਗੜ੍ਹ ਤੋਂ 2-2.5 ਕਿਲੋਮੀਟਰ ਹੋਵੇਗਾ ਅੱਗੇ ਅਤੇ ਮੇਰੇ ਫਾਦਰ ਗੁੱਸੇ ਹੋ ਗਏ ਵੀ ਇਹ ਕਟਾ ਮੈਂ ਕਿਹਾ ਜੀ ਮੈਂ ਵਿਆਹ ਤੋਂ ਹੀ ਭੱਜ ਜਾਂਦਾ ਮਤਲਬ ਭੱਜਣਾ ਮੈਨੂੰ ਲੱਗਿਆ ਕਿ ਇੱਕ ਇਹੋ ਜਿਹਾ ਹਥਿਆਰ ਹੈ ਕਿ ਜੇ ਤੋਂ ਮੈਂ ਡਰਾ ਸਕਦਾ ਮਾਂ ਪਿਓ ਨੂੰ ਮੇਰੇ ਫਾਦਰ ਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਵੀ ਮੇਰੇ ਚਪੇੜ ਮਾਰਤੀ ਵੀ ਭੱਜਣ ਦੀ ਧੌਂਸ ਦਿੰਦਾ ਚਲੋ ਇਨ ਸਾਰੀ ਚੀਜ਼ਾਂ ਤੋਂ ਮਤਲਬ ਮੈਂ ਕਿਹਾ ਚਲੋ ਛੋਟੀ ਕਰਾ ਲੈਂਦਾ ਛੋਟੀ ਕਰਾ ਮੈਂ ਇਹ ਦੱਸਣਾ ਚਾਹੁੰਦਾ ਸੀਗਾ ਕਿ ਵੀ ਮੈਂ ਤਾਂ ਉਹ ਜਿਹਾ ਹੀ ਹੈ ਇਹੀ ਦਾੜੀ ਨਾਲ ਵਿਲਨ ਬਣਦਾ ਸੀਗਾ ਇਹੀ ਦਾੜੀ ਨਾਲ ਹੁਣ ਕੋਮੇਡੀਅਨ ਕਰ ਰਿਹਾ ਇੱਕ ਦੋ ਫਿਲਮਾਂ ਇਹੋ ਜਿਹੀਆਂ ਮਿਲੀਆਂ ਇੱਕ ਮਨਦੀਪ ਸਿੰਘ ਜੀ ਦੀ ਫਿਲਮ ਸੀਗੀ ਅਰਜੁਨ ਉਹਦੇ 'ਚ ਮੈਨੂੰ ਬੈਸਟ ਸਪੋਰਟਿੰਗ ਐਕਟਰ ਦਾ ਅਵਾਰਡ ਮਿਲਿਆ ਉਹਦੇ 'ਚ ਉਹਨਾਂ ਨੇ ਕਿਹਾ ਕਹਿੰਦਾ ਸ਼ਰਮਾ ਜੀ ਤੁਸੀਂ ਬੜੇ ਕੋਮੇਡੀ ਦੇ ਰੋਲ ਕਰਦੇ ਹੋ ਯੇ ਵੋ ਅਤੇ ਇਹਦੇ ਵਿੱਚ ਕੋਈ ਡਾਇਲੋਗ ਨਹੀਂ ਹੋਏਗਾ ਤੁਹਾਡਾ ਤੁਸੀਂ ਬਸ ਨਿਰਮਲ ਰਿਸ਼ੀ ਮੈਡਮ ਦੇ ਹਸਬੈਂਡ ਉਹ ਤੁਹਾਨੂੰ ਦਬਾ ਕੇ ਰੱਖੇਗੀ ਅਤੇ ਤੁਸੀਂ ਰਿਐਕਟ ਹੀ ਕਰਨਾ ਐਕਟਿੰਗ ਹੀ ਕਰਨੀ ਉਹ ਸੱਚੀ ਗੱਲ ਹੋਈ ਉਹਦੇ ਵਿੱਚ ਬੈਸਟ ਸਪੋਰਟਿੰਗ ਐਕਟਰ ਦਾ ਰੋਲ ਮਿਲ ਉਹ ਅਵਾਰਡ ਮਿਲ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਜੇ ਕ੍ਰੈਡਿਟ ਜਾਂਦਾ ਹੈ ਤਾਂ ਜਾਂ ਤਾਂ ਡਾਇਰੈਕਟਰਸ ਨੂੰ ਜਾਂ ਰਾਈਟਰਸ ਨੂੰ ਜਾਂ ਤੁਹਾਨੂੰ ਲੋਕਾਂ ਨੂੰ ਜਾਂ ਮੇਰੇ ਪਰਿਵਾਰ ਨੂੰ ਜਾਂ ਰੱਬ ਨੂੰ ਮੈਨੂੰ ਲੱਗਦਾ ਮੈਂ ਕਿੰਨੇ ਕੁ ਲੋਕਾਂ ਦਾ ਕਿੰਨੀ ਕੁ ਦੁਨੀਆ ਦਾ ਦੇਣਦਾਰ ਹੈ ਕਿੰਨਾ ਕਰਜ਼ਈ ਹੈ ਮੈਂ ਕਿੰਨਾ ਕਰਜ਼ਾ ਮੇਰੇ ਸਿਰ 'ਤੇ ਬਸ ਇਸ ਕਰਕੇ ਡਰਦਾ ਰਹਿੰਦਾ ਮੈਂ ਮੈਨੂੰ ਸਟਰਗਲ ਦਾ ਨਹੀਂ ਪਤਾ ਕੁਛ ਵੀ ਮੈਂ ਕੀਤਾ ਕਿ ਨਹੀਂ ਕੀਤਾ ਅਤੇ ਜੇ ਯੰਗ ਬੰਦੇ ਵੀ ਇਹ ਮੇਰਾ ਖਿਆਲ ਹੈ ਇਸ ਚੈਨਲ ਨੂੰ ਦੇਖਦੇ ਹੀ ਹੋਣਗੇ ਜੇ ਉਹ ਵੀ ਦੇਖ ਰਹੇ ਹੈ ਤਾਂ ਉਹਨਾਂ ਨੂੰ ਕਹਾਂਗਾ ਕਿ ਜੋ ਵੀ ਕੰਮ ਕਰ ਰਹੇ ਹੋ ਅੱਛਾ ਹੈ ਜੇ ਮਤਲਬ ਇਹ ਨਹੀਂ ਕੰਮ ਵੀ ਦਾਰੂ ਕੱਢਣ ਦਾ ਜਾਂ ਲੜਨ ਮਾਰਨ ਦਾ ਜੇ ਕੋਈ ਚੰਗਾ ਕੰਮ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਤੁਹਾਡੀ ਆਤਮਾ ਕਹਿੰਦੀ ਹੈ ਦਿਲ ਕਹਿੰਦਾ ਹੈ ਕਿ ਇਹ ਚੰਗਾ ਕੰਮ ਹੈ ਤੁਸੀਂ ਸਟਾਰਟ ਕਰਦੇ ਹੋ ਸ਼ੁਰੂਆਤ ਕਰਦੇ ਹੋ ਉਹਨੂੰ ਪੂਰਾ ਕਰਨਾ ਜਾਂ ਕਿਸੇ ਮੰਜ਼ਿਲ ਤੱਕ ਪਹੁੰਚਾਉਣਾ ਇਹ ਰੱਬ ਦੇ ਉੱਤੇ ਛੱਡ ਦਿਉ ਤੁਸੀਂ ਜੇ ਆਪਣਾ ਇਮਾਨਦਾਰੀ ਨਾਲ ਕੰਮ ਕਰਦੇ ਰਹੋਗੇ ਤਾਂ ਤੁਹਾਨੂੰ ਮੇਰਾ ਨਹੀਂ ਖਿਆਲ ਕਿ ਰੱਬ 10 ਗੁਣਾ ਕਰਕੇ ਨਾ ਮੋੜੇ ਜੇ ਇੱਦਾਂ ਨਾ ਮੋੜਦਾ ਹੋਏ ਰੱਬ ਤਾਂ ਕਰੋੜੋਂ ਸਾਲਾਂ ਤੋਂ ਦੁਨੀਆ ਉਹਨੂੰ ਕਿਉਂ ਪੂਜਦੀ ਰਹਿੰਦੀ ਦੱਸੋ ਜੇ ਪੂਜ ਰਹੀ ਹੈ ਰੱਬ ਨੂੰ ਗੁਰੂ ਮਹਾਰਾਜ ਨੂੰ ਦੁਨੀਆ ਮੰਨ ਰਹੀ ਹੈ 400 ਸਾਲ 500 ਸਾਲ 600 ਸਾਲ ਜਾਂ ਹਜ਼ਾਰਾਂ ਸਾਲ ਬਾਅਦ ਵੀ ਮੰਨਦੀ ਰਹੇਗੀ ਇਸੇ ਕਰਕੇ ਮੰਨਦੀ ਰਹਿੰਦੀ ਹੈ ਦੁਨੀਆ ਕਿ ਉਹ ਕਿਸੇ ਦਾ ਰੱਖਦੇ ਨਹੀਂ ਹੈ ਤੁਸੀਂ ਇੱਕ ਕਦਮ ਉਹਦੇ ਵੱਲੋਂ ਵੱਧਦੇ ਹੋ ਇੱਕ ਚੰਗਾ ਕੰਮ ਕਰਦੇ ਹੋ ਉਹ ਤੁਹਾਡੇ 10 ਵਿਗੜੇ ਕੰਮ ਬਣਾ ਦਿੰਦਾ ਸੰਵਾਰ ਦਿੰਦਾ ਹੁਣ ਇਸ ਚੈਨਲ 'ਤੇ ਆਇਆ ਮੈਂ ਦਿਲ 'ਚ ਸੋਚ ਰਿਹਾ ਸੀ ਐਡੇ ਬੜੇ ਚੈਨਲ ਨੇ ਮੈਂ ਤਾਂ ਅਪਰੋਚ ਨਹੀਂ ਕੀਤੀ ਮੈਨੂੰ ਕਿਵੇਂ ਯਾਦ ਕਰ ਲਿਆ ਇਹ ਸਭ ਤੁਹਾਡੀਆਂ ਦੁਆਵਾਂ ਹੈ ਰੱਬ ਦੀ ਕਿਰਪਾ ਹੈ ਆਪਣੇ ਮਾਂ ਪਿਓ ਨਾਲ ਮੈਂ ਇੱਕ ਗਲਤੀ ਕੀਤੀ ਜਿਹੜਾ ਉਹਨਾਂ ਦਾ ਦਿਲ ਦੁਖਾ ਕੇ ਇੱਥੇ ਆ ਗਿਆ ਉਹਦਾ ਮੈਨੂੰ ਇਹ ਉਹ ਮਿਲਿਆ ਹਰਜਾਨਾ ਹੋਇਆ ਮੇਰੇ 'ਤੇ ਕਿ ਜਦੋਂ ਹੁਣ ਮੇਰੀਆਂ ਇੰਨੀਆਂ ਫਿਲਮਾਂ ਆ ਰਹੀਆਂ
ਜਾਂ ਇਸ ਵੇਲੇ ਮੇਰੇ ਕੋਲ ਗੱਡੀਆਂ ਹੈ, ਘਰ ਵੀ ਹੈ, ਇਸ ਵੇਲੇ ਉਹ ਦੇਖ ਨਹੀਂ ਪਾ ਰਹੇ ਮੈਨੂੰ। ਔਰ ਜਦੋਂ ਮਾੜੇ ਹਾਲਾਤ ਸੀਗੇ ਮੇਰੇ, ਉਦੋਂ ਉਹ ਦੇਖਦੇ ਸੀਗੇ ਤਾਂ ਦੁਖੀ ਹੁੰਦੇ ਹੋਣੇ ਵੀ ਸਾਨੂੰ ਛੱਡ ਕੇ ਇਹ ਬੰਦਾ ਕਿੱਥੇ ਫਸ ਗਿਆ, ਕਿੱਥੇ। ਮੈਂ ਉਹਨਾਂ ਨੂੰ ਇਸੀ ਮੇਰੇ ਦਿਮਾਗ 'ਚ ਇਹੀ ਹੁੰਦਾ ਸੀਗਾ ਵੀ ਹੇ ਪਰਮਾਤਮਾ, ਕਦੀ ਇਹਨਾਂ ਨੂੰ ਮੈਂ ਅੱਛੇ ਦਿਨ ਵੀ ਦਿਖਾਵਾਂ ਆਪਣੇ। ਹੁਣ ਅੱਛੇ ਦਿਨ ਆਏ ਹੈ ਤਾਂ ਉਹ ਨਹੀਂ ਹੈ। ਤਾਂ ਮੈਂ ਆਪਣੇ ਯੰਗ ਬੰਦਿਆਂ ਨੂੰ, ਭਰਾਵਾਂ ਨੂੰ ਇਹ ਕਹਾਂਗਾ ਵੀ ਮਾਂ ਪਿਓ ਤੋਂ ਜਿੰਨੀਆਂ ਵੀ ਹੋ ਸਕੇ ਅਸੀਸਾਂ ਲਓ, ਆਸ਼ੀਰਵਾਦ ਲਓ। ਬਹੁਤ ਕੰਮ ਕਰਦੇ ਹੈ, ਔਰ ਜੇ ਉਹਨਾਂ ਦੇ ਮਨ ਦੁਖੀ ਹੋ ਜਾਣ ਤਾਂ ਤੁਹਾਨੂੰ ਵੀ ਦੁੱਖ ਸਹਿਣੇ ਪੈਣਗੇ। ਜਿਹੜੇ ਦੁੱਖ ਮੈਂ ਸਹੇ, ਜੇ ਮੈਂ ਉਹਨਾਂ ਨੂੰ ਕਹਾਂ ਕਿ ਇਹ ਮੇਰਾ ਸਟਰਗਲ ਸੀਗਾ, ਨਹੀਂ, ਇਹ ਮੇਰੀ ਕੀਤੀ ਮੇਰੇ ਅੱਗੇ ਆਈ ਸੀਗੀ। ਜੇ ਹੁਣ ਅੱਛੇ ਦਿਨ ਹੈ ਤਾਂ ਇਹ ਵੀ ਕੀਤੀ ਹੈ ਮੇਰੇ ਮੂਹਰੇ ਆ ਰਹੀ ਹੈ, ਮੇਰੇ ਅੱਗੇ ਆ ਰਹੀ ਹੈ। ਤਾਂ ਦੋਸਤੋ, ਮੈਂ ਤੁਹਾਡੇ ਤੋਂ ਦਿਲ ਤਾਂ ਨਹੀਂ ਕਰਦਾ, ਦਿਲ ਇਸ ਲਈ ਨਹੀਂ ਕਰਦਾ ਵੀ ਹਜ਼ਾਰਾਂ ਲੱਖਾਂ ਗੱਲਾਂ ਹੋਣਗੀਆਂ, ਘਟਨਾਵਾਂ ਹੋਣਗੀਆਂ ਇਹੋ ਜਿਹੀਆਂ ਵੀ ਜਿਹੜੀ ਹੁਣ ਮੇਰਾ ਮਨ ਥੋੜ੍ਹਾ ਦੁਖੀ ਜਿਹਾ ਹੋ ਗਿਆ, ਮੂੰਹ ਵੀ ਸੁੱਕਣ ਲੱਗ ਗਿਆ। ਤਾਂ ਮੈਂ ਵਿਦਾ ਚਾਹਵਾਂਗਾ ਅਤੇ ਇਸੀ ਤਰ੍ਹਾਂ ਮੇਰੇ 'ਤੇ ਆਪਣਾ ਆਸ਼ੀਰਵਾਦ ਸਭ ਨੇ ਰੱਖਣਾ ਹੈ, ਗੁੱਡ ਵਿਸ਼ਿਸ ਰੱਖਣੀ ਹੈ। ਮੈਂ ਤਾਂ ਇਹੀ ਕਮਿਟ ਕਰਦਾ ਹੈ ਔਰ ਇਹੀ ਮੰਗਦਾ ਹੈ ਪਰਮਾਤਮਾ ਤੋਂ ਕਿ ਅੰਤ ਤੱਕ ਮੈਂ ਜਿਸ ਲਾਈਨ 'ਤੇ ਚੱਲਿਆ ਹੋਇਆ ਇਹਦੇ 'ਤੇ ਹੀ ਚੱਲਦਾ ਰਹਾਂ। ਇਸ ਤਰ੍ਹਾਂ ਹੀ ਆਪਣੇ ਜਿਹੜੇ ਭਾਈ ਭੈਣ ਹੈ, ਮਾਂ ਪਿਓ ਹੈ, ਇਹਨਾਂ ਨਾਲ ਜੁੜਿਆ ਰਹਾਂ। ਇੱਕ ਮਾਂ ਪਿਓ ਮੇਰੇ ਚਲੇ ਗਏ, ਹੁਣ ਲੱਖਾਂ ਹੈਗੇ ਮੇਰੇ ਮਾਂ ਪਿਓ। ਕਿਹੜਾ ਮੁਲਕ ਹੈ ਜਿੱਥੇ ਪੰਜਾਬੀ ਬੈਠਾ ਹੈ ਮੈਨੂੰ ਨਹੀਂ ਜਾਣਦਾ। ਇਹ ਸਭ ਤੁਹਾਡਾ ਪਿਆਰ ਹੈ ਜੀ, ਇਹਨੂੰ ਪਿਆਰ ਨੂੰ ਬਣਾ ਕੇ ਰੱਖਿਓ। ਮੈਂ ਇਹੀ ਕਮਿਟ ਕਰਾਂਗਾ ਕਿ ਜੋ ਮੈਨੂੰ ਕੰਮ ਮਿਲੇਗਾ ਮੈਂ ਉਹਨੂੰ ਇਮਾਨਦਾਰੀ ਨਾਲ ਕਰਾਂਗਾ। ਅੱਛਾ ਜੀ, ਸਤਿ ਸ਼੍ਰੀ ਅਕਾਲ।